ਉਦੋਂ ਰਾਜਾ ਬੜਿੰਗ ਦੇ ਟ੍ਰਾਂਸਪੋਰਟ ਮੰਤਰੀ ਬੜਨ ਤੋਂ ਬਾਅਦ ਹੁਣ ਤੱਕ ਕਈ ਬਸਾਂ ਬੌਂਡ ਕੀਤੀਆਂ ਗਈਆਂ ਨੇ ਤੇ ਕਈਆਂ ਬਸਾਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਨੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਆਰਟੀਓ ਵੱਲੋਂ 9 ਬਸਾਂ ਨੂੰ ਬੌਂਡ ਕੀਤਾ ਗਿਆ ਜਾਣਕਾਰੀ ਮੁਤਾਬਕ ਇਹਨਾਂ ਬਸਾਂ ਵੱਲੋਂ ਨਾ ਤਾਂ ਕੋਈ ਟੈਕਸ ਹੀ ਦਿੱਤਾ ਜਾ ਰਿਹਾ ਸੀ ਤੇ ਨਾ ਹੀ ਕੋਈ ਪਰਮਿਟ ਨਾ ਕੋਲ ਸੀ ਮਾਨਯੋਗ ਸ਼ਰਮਿੰਦਰ ਸਿੰਘ ਜੀ ਰਾਜਾ ਬੜਿੰਗ ਸਾਡੇ ਟ੍ਰਾਂਸਪੋਰਟ ਮੰਤਰੀ ਪੰਜਾਬ ਜੀ ਦੇ ਦੇ ਤਾਂ ਸੀ ਵੀ ਜਿਹੜੇ ਟੈਕਸ ਡਿਫਾਲਟਰ ਗੱਡੀਆਂ ਮੇਨਲੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਬਾਕੀ ਜਿਹੜੀ ਮੋਟਰ ਵਹੀਕਲ ਐਕਟ ਦੀ ਉਲੰਘਣਾ ਸੀ ট্রান্সਪੋਰਟ ਜਿਹੜੀ ਪਾਲਿਸੀ ਸਾਡੀ ਸਕੀਮ ਆਈ 2018 ਉਹ ਚ ਐਚ ਵੀ ਸੀ ਦੇ ਇੰਟੀਗਰਲ ਗੱਡੀਆਂ ਦੇ ਪਰਮਿਟ ਐਕਸਪਾਇਰ ਆ ਕੁਝ ਪਰਮਿਟ ਉਹਨਾਂ ਦੇ ਰੱਦ ਵੀ ਕੀਤੇ ਗਏ ਆ ਜਿਹੜੇ ਕਿ ਗਲਤ ਸੀ ਟੈਕਸ ਡਿਫਾਲਟਰ ਸੀਗੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਉਸ ਕਰਕੇ ਤਕਰੀਬਨ ਹੁਣ ਤੱਕ ਦੋ ਦਿਨਾਂ ਚ 9 8 9 ਗੱਟੀਆਂ ਬੰਦ ਕੀਤੀਆਂ ਬੱਸਾਂ ਜੀ